ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਸੋ ਮੌਸਮ ਅੱਜ ਗੱਲ ਕਰਾਂਗੇ 19 ਅਤੇ 20 ਮਈ ਤੇ ਇਹਨਾਂ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਹਵਾਵਾਂ ਤਾਪਮਾਨ ਤੋਂ ਲੈ ਕੇ ਬੱਦਲਵਾਈ ਮੀਂਹ ਤੱਕ ਦੀ ਅਪਡੇਟ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਪਹਿਲਾਂ ਦੇਖ ਰਹੇ ਆਪਾਂ ਤਾਜ਼ਾ ਸੈਟੇਲਾਈਟ ਤਸਵੀਰ ਸਵੇਰ ਦੇ 7 ਵਜੇ ਦੇ ਆਸ-ਪਾਸ ਦਾ ਸਮਾਂ ਹੈ 19 ਮਈ ਮੌਸਮ ਫਿਲਹਾਲ ਠੀਕ ਠਾਕ ਹੈ ਮੌਸਮ ਸਾਫ਼ ਖੁਸ਼ਕ ਅਤੇ ਗਰਮ ਬਣਿਆ ਰਹੂਗਾ। ਗਰਮੀ ਨੇ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਲੂ ਵਗ ਰਹੀ ਹੈ ਟੈਂਪਰੇਚਰ ਦਿਨ ਦੇ 42-43 ਡਿਗਰੀ ਤੱਕ ਚੱਲ ਰਹੇ ਨੇ ਕਈ ਹਿੱਸਿਆਂ ਦੇ ਵਿੱਚ ਤੇ ਪੰਜਾਬ ਤੋਂ ਲੈ ਕੇ ਲਾਗਪਾਸ ਦੇ ਗੁਮਾਂਢੀ ਸੂਬੇ ਨੇ ਉਹਨਾਂ ਵਿੱਚ 45 ਡਿਗਰੀ ਤੱਕ ਦਾ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ ਸੋ ਗਰਮ ਖੁਸ਼ਕ ਤੱਤੀਆਂ ਹਵਾਵਾਂ ਲੂ ਚੱਲ ਰਹੀ ਹੈ ਜਿਹਦੇ ਚੱਲਦੇ ਗਰਮੀ ਦਾ ਅਨੁਪਾਤ ਥੋੜਾ ਜਿਆਦਾ ਹੋ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਕਹੀਏ ਤਾਂ ਇਸ ਸਾਲ ਥੋੜਾ ਜਿਹਾ ਗਰਮੀ ਅਤੇ ਲੂ ਦਾ ਮਾਹੌਲ ਥੋੜਾ ਜਿਆਦਾ ਹੈ ਸਮੇ ਤੋਂ ਕੁਝ ਦਿਨ ਪਹਿਲਾਂ ਕੇ ਲਈ ਜਾਂ ਬੇਸਿਕਲੀ ਵੀ ਥੋੜਾ ਜਿਆਦਾ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਸਾਲ ਲੂ ਦਾ ਮਾਹੌਲ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਾਰਨ ਇਹੀ ਕਹਾਂਗੇ ਕਿ ਲਗਭਗ ਪਿਛਲੇ ਦਿਨਾਂ ਦੇ ਵਿੱਚ ਕੋਈ ਵੀ ਬਰਸਾਤੀ ਸਪੱਲੇ ਨਹੀਂ ਲੱਗਿਆ ਹੈ ਜਿਹੜਾ ਸਾਰੇ ਪੰਜਾਬ ਨੂੰ ਇੱਕੋ ਸਮੇਂ ਕਵਰ ਕਰ ਸਕੇ ਜਿਸ ਜਿਵੇਂ ਆਪ ਪੁਰਾਣੇ ਸ਼ਬਦਾਂ ਦੇ ਵਿੱਚ ਕੀ ਹੈ ਕਿ ਸੁੱਕੀ ਗਰਮੀ ਪੈ ਰਹੀ ਹੈ ਜਿਦੇ ਕਰਕੇ ਥੋੜਾ ਬਹੁਤ ਜਿਹੜਾ ਲਗਭਗ ਬਨੁਖਤਾ ਤੋਂ ਲੈ ਕੇ ਪਸ਼ੂ ਜਾਂ ਆਪਣੇ ਵਾਸਪਤੀ ਸਭ ਤਰ੍ਹਾਂ ਦੀ ਪ੍ਰਭਾਵਿਤ ਹੋ ਰਹੀ ਹੈ ਤੇ ਆਉਂਦੇ ਦਿਨਾਂ ਵਿੱਚ ਗਰਮੀ ਦਾ ਜ਼ੋਰ ਹੋਰ ਵਧੇਗਾ ਕਿਉਂਕਿ ਫਿਲਹਾਲ ਕੋਈ ਅਗਲੇ ਦਿਨਾਂ ਦੇ ਵਿੱਚ ਵੀ ਕੋਈ ਮੌਸਮੀ ਸਿਸਟਮ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਹਲਚਲ ਲੈ ਕੇ ਨਹੀਂ ਆ ਰਿਹਾ ਹੈ ਤੇ ਅੱਜ ਮੌਸਮ ਠੀਕ ਠਾਕ ਹੈ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਥੋੜੀ ਬਹੁਤ ਬੱਦਲਾਂ ਦੀ ਜਿਹੜੀ ਐਂਟਰੀ ਆ ਪੰਜਾਬ ਵਿੱਚ ਹੋਵੇਗੀ ਬੱਦਲਾਂ ਦੀ ਆਵਾਜ਼ਾਈ ਬਣ ਜਾਵੇਗੀ ਜਿਦੇ ਵਿੱਚ ਮੇਨ ਤੌਰ ਤੇ ਪੰਜਾਬ ਦੇ ਪੱਛਮੀ ਖੇਤਰ ਹੋਣਗੇ ਸਰਹੱਦੀ ਖੇਤਰਾਂ ਦੇ ਵਿੱਚ ਖਾਸ ਤੌਰ ਤੇ ਮਾਝੇ ਦਾ ਇਲਾਕਾ ਕੁਝ ਭਾਗ ਇਹਦੇ ਵਿੱਚ ਫਿਰੋਜ਼ਪੁਰ ਦੇ ਵੀ ਆ ਜਾਣਗੇ ਤੇ ਸੁਲਾਬਾ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਇੱਕ ਦੋ ਭਾਗ ਮੋਗੇ ਜ਼ਿਲ੍ਹੇ ਦੇ ਹੋਗੇ ਨਾਲ ਲੁਧਿਆਣੇ ਦੇ ਆਸ-ਪਾਸ ਦੇ ਹਿੱਸੇ ਵਾਕੀ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਮਾਝਾ ਤੇ ਦੋਆਬਾ ਸਾਰਾ ਖੇਤਰ ਆ ਇਨ੍ਹਾਂ ਖੇਤਰਾਂ ਉੱਪਰ ਦੀ ਬੱਦਲਾਂ ਦੀ ਆਵਾਜ਼ ਤੇ ਥੋੜਾ ਬਹੁਤ ਹੋ ਸਕਦਾ ਹੈ ਕਿ ਵਿਚ ਵਿਚਾਲੇ ਛੋਟੇ ਮੋਟੇ ਕੁਝ ਅਜਿਹੇ ਬਦਲ ਵੀ ਨਿਕਗ ਸਕਦੇ ਨੇ ਜਿੰਨਾ ਚਾਲ ਚੱਲਦੇ ਆਪਾਂ ਗਹਾਂਗੇ ਕਿ ਥੋੜਾ ਬਹੁਤ ਹਨੇਰੀ ਦਾ ਮੀਂਹ ਜਾਂ ਤੇਜ਼ ਹਵਾਵਾਂ ਦੇ ਬੁੱਲੇ ਥੋੜੀ ਬਹੁਤ ਕਿਣਮਣ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਵੀ ਪੈ ਸਕਦੇ ਨੇ ਕੁਝ ਹਿੱਸਿਆਂ ਦੇ ਵਿੱਚ ਗਣਮੇ ਚੁਣਮੇ ਲਾਕਿਆਂ ਦੇ ਵਿੱਚ ਜਿਨ੍ਹਾਂ ਦਾ ਦਾਇਰਾ ਫਿਲਹਾਲ ਕੋਈ ਜ਼ਿਆਦਾ ਵੱਡਾ ਤਾਂ ਨਜ਼ਰ ਨਹੀਂ ਆ ਰਿਹਾ ਬਾਕੀ ਦੁਪਹਿਰ ਦੇ ਵੇਲੇ ਦੇ ਅਗਲੀ ਅਪਡੇਟ ਦੇਖਣੀ ਪਵੇਗੀ ਵੀ ਕਿ ਜਿਹੜਾ ਮੌਸਮੀ ਸਿਸਟਮ ਕੋਈ ਬਣ ਰਿਹਾ ਹੈ ਤਾਂ ਉਸ ਦਾ ਕਿੰਨੇ ਕ ਇਲਾਕੇ ਕਵਰ ਹੋ ਰਿਹਾ ਨੇ ਹਲਕਾ ਹੈ ਜਾਂ ਦਰਮਿਆਨਾ ਹੈ ਫਿਲਹਾਲ ਕੋਈ ਵੱਡਾ ਤਕੜਾ ਸਿਸਟਮ ਨਹੀਂ ਹੈ ਜਿਹਦੇ ਨਾਲ ਵੱਡਾ ਖੇਤਰ ਪ੍ਰਭਾਵਿਤ ਹੋਵੇਗਾ ਛੋਟੇ-ਮੋਟੇ ਜਿਹੜੇ ਬੱਦਲ ਨੇ ਛੋਟੀ-ਮੋਟੀਆਂ ਗਤੀਵਿਧੀਆਂ ਵਾਲੇ ਉਹ ਦੁਪਹਿਰ ਤੋਂ ਸ਼ਾਮ ਦੇ ਵਿਚਕਾਰ ਪੰਜਾਬ ਨੂੰ ਥੋੜਾ ਬਹੁਤ ਪ੍ਰਭਾਵਿਤ ਕਰ ਸਕਦੇ ਨੇ ਬਾਕੀ ਨਾਰਮਲ ਹਵਾਵਾਂ ਦੁਪਹਿਰ ਤੱਕ ਘੱਟ ਰਹਿਣਗੀਆਂ ਦੁਪਹਿਰ ਤੋਂ ਬਾਅਦ ਇਹਨਾਂ ਦੀ ਗਤੀ ਦੇ ਵਿੱਚ ਥੋੜਾ ਜਿਹਾ ਵਾਧਾ ਹੋ ਜਾਵੇਗਾ ਪੱਛਮੀ ਖੁਸ਼ਕ ਗਰਮ ਹਵਾਵਾਂ 15-20 ਤੋਂ ਲੈ ਕੇ 25-30 ਕਿਲੋਮੀਟਰ ਦੀ ਰਫ਼ਤਾਰ ਤੇ ਵਗ ਸਕ ਤੇ ਕੱਲ ਦੀ ਗੱਲ ਕਰੀਏ ਤਾਂ ਕੱਲ 20 ਮਈ ਨੂੰ ਮੌਸਮ ਠੀਕ ਠਾਕ ਹੈ ਲਗਭਗ ਇਸੇ ਤਰ੍ਹਾਂ ਗਰਮ ਖੁਸ਼ਕ ਹਵਾਵਾਂ ਵਾਲਾ ਰਹੂਗਾ ਦਿਨ ਦਾ ਟੈਂਪਰੇਚਰ 42-43 ਡਿਗਰੀ ਤੱਕ ਪਹੁੰਚੇਗਾ ਤੇ ਬਾਕੀ ਰਾਤ ਦੇ ਟੈਂਪਰੇਚਰ ਵੀ ਲਗਭਗ 28-30 ਡਿਗਰੀ ਤੱਕ ਪਹੁੰਚੇ ਹੋਏ ਨੇ ਸੋ ਦਿਨ ਰਾਤ ਦੀ ਗਰਮੀ ਜਿਹੜੀ ਹੁਣ ਆਪਣੇ ਸਿਖਰਾਂ ਤੇ ਜਾ ਰਹੀ ਹੈ ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਹੈ ਤੁਹਾਡੇ ਲਈ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਸਮੇਂ-ਸਮੇਂ ਤੇ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ